ਗੁੱਡ ਮਾਰਨਿੰਗ ਸਟੂਡੈਂਟ, ਆਈ ਐਮ ਹਰਪ੍ਰੀਤ ਸਿੰਘ, ਲੈਕਚਰਰ ਆਫ ਮਕੈਨੀਕਲ ਇੰਜੀਨੀਅਰਿੰਗ ਡਿਪਾਰਟਮੈਂਟ। ਸਾਡਾ ਸਬਜੈਕਟ ਚੱਲ ਰਿਹਾ ਆ RAC, ਰੈਫਰੀਜਰੈਂਟ ਐਂਡ ਏਅਰ ਕੰਡੀਸ਼ਨਿੰਗ। ਅੱਜ ਆਪਾਂ ਨੈਕਸਟ ਇਵੈਪੋਰੇਟਰ ਥੋੜ੍ਹਾ ਰਿਪੀਟ ਕਰਾਂਗੇ, ਠੀਕ ਹੈ? ਪਹਿਲਾਂ ਵੀ ਕਰ ਚੁੱਕੇ ਹਾਂ। ਫੈਕਟਰ ਅਫੈਕਟਿੰਗ ਦਾ ਹੀਟ ਟ੍ਰਾਂਸਫਰ ਕਪੈਸਿਟੀ ਆਫ ਐਨ ਇਵੈਪੋਰੇਟਰ। ਸਭ ਤੋਂ ਪਹਿਲਾਂ ਕਿਹੜੇ ਕਿਹੜੇ, ਠੀਕ ਹੈ, ਅਫੈਕਟ ਕਰਦੇ ਆ ਹੀਟ ਟ੍ਰਾਂਸਫਰ ਇਵੈਪੋਰੇਟਰ ਦਾ, ਠੀਕ ਹੈ? ਸਭ ਤੋਂ ਪਹਿਲਾਂ ਮਟੀਰੀਅਲ ਦੇਖੋ। ਇਨ ਆਰਡਰ ਟੂ ਹੈਵ ਰੈਪਿਡ ਹੀਟ ਟ੍ਰਾਂਸਫਰ ਇਨ ਐਨ ਇਵੈਪੋਰੇਟਰ, ਦਾ ਮਟੀਰੀਅਲ ਯੂਜ ਫੋਰ ਦਾ ਕੰਸਟਰਕਸ਼ਨ ਆਫ ਐਨ ਇਵੈਪੋਰੇਟਰ ਕੋਇਲ ਸ਼ੁੱਡ ਬੀ ਗੁੱਡ ਕੰਡਕਟਰ ਆਫ ਹੀਟ, ਠੀਕ ਹੈ? ਜਿਹੜਾ ਮਟੀਰੀਅਲ ਹੋਣਾ ਚਾਹੀਦਾ ਗੁੱਡ ਕੰਡਕਟਰ ਆਫ ਹੀਟ ਹੋਣਾ ਚਾਹੀਦਾ। ਦਾ ਮਟੀਰੀਅਲ ਵਿੱਚ ਇਜ਼ ਨੋਟ ਅਫੈਕਟਡ ਬਾਏ ਦਾ ਰੈਫਰੀਜਰੈਂਟ, ਮਸਟ ਆਲਸੋ ਬੀ ਸਿਲੈਕਟਡ। ਉਹ ਮਟੀਰੀਅਲ ਸਿਲੈਕਟ ਕਰਨਾ ਚਾਹੀਦਾ ਜਿਹੜਾ ਕਿ ਰੈਫਰੀਜਰੈਂਟ ਨਾਲ ਨਾ ਅਫੈਕਟ ਕਰੇ। ਸਿੰਸ ਮੈਟਲ ਆਰ ਬੈਸਟ ਕੰਡਕਟਰ ਆਫ ਹੀਟ, ਜਿਹੜਾ ਮੈਟਲ ਹੁੰਦਾ ਬੈਸਟ ਕੰਡਕਟਰ ਆਫ ਹੀਟ ਹੁੰਦਾ ਆ, ਦੇਅਰਫੋਰ ਦੇ ਆਰ ਆਲਵੇਜ਼ ਯੂਜ਼ ਫੋਰ ਇਵੈਪੋਰੇਟਰ, ਇਵੈਪੋਰੇਟਰ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਆਇਰਨ ਐਂਡ ਸਟੀਲ ਕੈਨ ਬੀ ਯੂਜ਼ ਵਿਦ ਆਲ ਕਾਮਨ ਰੈਫਰੀਜਰੈਂਟ, ਬਰਾਸ ਐਂਡ ਕਾਪਰ ਆਰ ਯੂਜ਼ ਵਿਦ ਆਲ ਰੈਫਰੀਜਰੈਂਟ ਐਕਸੈਪਟ ਅਮੋਨੀਆ। ਅਲਮੋਨੀਅਮ ਸ਼ੁੱਡ ਬੀ ਨੋਟ ਬੀ ਯੂਜ ਵਿਦ ਫਰੋਨ, ਅਲਮੋਨੀਆ ਨਹੀਂ ਯੂਜ਼ ਕੀਤਾ ਜਾਂਦਾ ਫਰੋਨ ਨਾਲ, ਜਿਹੜਾ ਅਤੇ ਬਰਾਸ ਐਂਡ ਕਾਪਰ ਆ ਉਹ ਯੂਜ਼ ਕੀਤਾ ਜਾਂਦਾ ਹੈ ਵਿਦ ਆਲ ਰੈਫਰੀਜਰੈਂਟ ਐਕਸੈਪਟ ਅਮੋਨੀਆ, ਠੀਕ ਹੈ? ਅਮੋਨੀਆ ਵਿੱਚ ਨਹੀਂ ਯੂਜ਼ ਕੀਤਾ ਜਾਂਦਾ। ਨੈਕਸਟ ਦੇਖੋ, ਟੈਂਪਰੇਚਰ ਡਿਫਰੈਂਸ, ਦਾ ਟੈਂਪਰੇਚਰ ਡਿਫਰੈਂਟ ਬਿਟਵੀਨ ਦਾ ਰੈਫਰੀਜਰੈਂਟ ਵਿਦ ਇਨ ਦਾ ਇਵੈਪੋਰੇਟਰ ਐਂਡ ਦਾ ਪ੍ਰੋਡਕਟ ਟੂ ਬੀ ਕੂਲਡ ਪਲੇ ਐਨ ਇੰਪੋਰਟੈਂਟ ਰੋਲ ਇਨ ਦਾ ਹੀਟ ਟ੍ਰਾਂਸਫਰ ਕਪੈਸਿਟੀ ਆਫ ਐਨ ਇਵੈਪੋਰੇਟਰ, ਦਾ ਫੋਲੋਇੰਗ ਟੇਬਲ ਸ਼ੋ ਦਸ ਜਸਟ ਟੈਂਪਰੇਚਰ ਡਿਫਰੈਂਸ ਫੋਰ ਦਾ ਸੇਮ ਆਫ ਦਾ ਪ੍ਰੋਡਕਟ ਟੂ ਬੀ ਕੂਲਡ। ਇਹਨਾਂ ਟੈਂਪਰੇਚਰ ਲਿਖੇ ਪਏ ਆ, ਠੀਕ ਹੈ? ਕੂਲਿੰਗ ਟੈਂਪਰੇਚਰ, ਰੈਫਰੀਜਰੈਂਟ ਟੈਂਪਰੇਚਰ ਅਤੇ ਟੈਂਪਰੇਚਰ ਡਿਫਰੈਂਸ, ਠੀਕ ਹੈ? ਇਸ ਕਿਸੇ ਕਿਸੇ ਵਾਸਤੇ ਚਾਹੀਦਾ, ਵੈਜੀਟੇਬਲ ਵਾਸਤੇ ਕਿੰਨਾ ਚਾਹੀਦਾ, ਫਰੂਟ ਵਾਸਤੇ ਕਿੰਨਾ ਚਾਹੀਦਾ, ਕਰੀਮ ਮਿਲਕ ਵਾਸਤੇ ਕੀ ਚਾਹੀਦਾ ਹੈ। ਇਟ ਮੇ ਬੀ ਨੋਟਡ ਦੈਟ ਟੂ ਲੋ ਟੈਂਪਰੇਚਰ ਡਿਫਰੈਂਸ ਮੇ ਕੋਸ ਲਾਈਮ ਔਨ ਸਰਟਨ ਪ੍ਰੋਡਕਟ ਸੱਚ ਐਜ਼ ਮੀਟ, ਔਨ ਦਾ ਅਦਰ ਹੈਂਡ ਟੂ ਹਾਈ ਟੈਂਪਰੇਚਰ ਡਿਫਰੈਂਸ ਕੋਸ ਐਕਸੈਸਿਵ ਡੀਹਾਈਡਰੇਸ਼ਨ। ਨੈਕਸਟ ਦੇਖੋ, ਵਿਲੋਸਟੀ ਆਫ ਰੈਫਰੀਜਰੈਂਟ, ਦਾ ਵਿਲੋਸਟੀ ਆਫ ਰੈਫਰੀਜਰੈਂਟ ਆਲਸੋ ਅਫੈਕਟ ਦਾ ਹੀਟ ਟ੍ਰਾਂਸਫਰ ਕਪੈਸਿਟੀ, ਜਿਹੜਾ ਵਿਲੋਸਟੀ ਆ ਉਹ ਵੀ ਇਫੈਕਟ ਕਰਦਾ ਹੈ ਹੀਟ ਟ੍ਰਾਂਸਫਰ ਕਪੈਸਿਟੀ 'ਤੇ ਆਫ ਐਨ ਇਵੈਪੋਰੇਟਰ। ਇਫ ਦਾ ਵਿਲੋਸਟੀ ਆਫ ਦਾ ਰੈਫਰੀਜਰੈਂਟ ਫਲੋਇੰਗ ਥਰੂ ਦਾ ਇਵੈਪੋਰੇਟਰ ਇਨਕਰੀਜ਼, ਦਾ ਓਵਰਆਲ ਹੀਟ ਟ੍ਰਾਂਸਫਰ ਕੋਫੀਸ਼ੀਐਂਟ ਆਲਸੋ ਇਨਕਰੀਜ਼, ਬਟ ਦਿਸ ਇਨਕਰੀਜ਼ ਵਿਲੋਸਟੀ ਵਿਲ ਕੋਸ ਗ੍ਰੇਟਰ ਪ੍ਰੈਸ਼ਰ ਲੋਸ ਇਨ ਦਾ ਇਵੈਪੋਰੇਟਰ, ਦਸ ਦਾ ਓਨਲੀ ਰਿਕਮੈਂਡਡ ਵਿਲੋਸਟੀ ਫੋਰ ਡਿਫਰੈਂਟ ਰੈਫਰੀਜਰੈਂਟ ਵਿਚ ਗਿਵ ਹਾਈ ਹੀਟ ਟ੍ਰਾਂਸਫਰ ਰੇਟ ਐਂਡ ਅਲਾਇਬਲ ਪ੍ਰੈਸ਼ਰ ਲੋਸ ਸ਼ੁੱਡ ਬੀ ਯੂਜ਼ਡ। ਨੈਕਸਟ ਦੇਖੋ, ਥਿਕਨੈਸ ਆਫ ਦਾ ਇਵੈਪੋਰੇਟਰ ਕੋਇਲ ਵਾਲ, ਦਾ ਥਿਕਨੈਸ ਆਫ ਦਾ ਇਵੈਪੋਰੇਟਰ ਕੋਇਲ ਵਾਲ ਆਲਸੋ ਅਫੈਕਟ ਦਾ ਹੀਟ ਟ੍ਰਾਂਸਫਰ ਕਪੈਸਿਟੀ, ਜਿਹੜੀ ਉਹਦੀ ਵਾਲ ਆ ਉਹ ਵੀ ਹੀਟ ਕਰਦੀ ਹੈ ਟ੍ਰਾਂਸਫਰ, ਉਹਦੀ ਵੀ ਇਫੈਕਟ ਕਰਦੀ ਹੈ ਹੀਟ ਟ੍ਰਾਂਸਫਰ ਕਪੈਸਿਟੀ ਆਫ ਦਾ ਇਵੈਪੋਰੇਟਰ। ਇਨ ਜਨਰਲ ਦਾ ਥਿਕਰ ਦਾ ਵਾਲ ਦਾ ਸਲੋਅਰ ਇਜ਼ ਦਾ ਰੇਟ ਆਫ ਹੀਟ ਟ੍ਰਾਂਸਫਰ, ਸਿੰਸ ਦਾ ਰੈਫਰੀਜਰੈਂਟ ਦਾ ਇਵੈਪੋਰੇਟਰ ਕੋਇਲ ਇਜ਼ ਅੰਡਰ ਪ੍ਰੈਸ਼ਰ, ਦੇਅਰ ਫੋਰ ਦਾ ਇਵੈਪੋਰੇਟਰ ਵਾਸ ਮਸਟ ਬੀ ਥਿਕ ਇਨਫ ਟੂ ਵਿਦਸਟੈਂਡ ਦਾ ਇਫੈਕਟ ਆਫ ਦਾ that pressure. It may be noted that the thickness has only a slight effect on total heat transfer capacity because the evaporators are usually made from highly conductive material. Next, dekho, contact surface area. An important factor affecting the evaporator capacity is the contact surface available between the walls of evaporator coil
and the medium being cooled, the amount of contact surface in turn depend basically on the physical size and shape of the evaporator coil. Next, we go heat transfer in evaporator. The heat transfer in evaporator has the following three resistance in its path. The resistance of medium being cooled. This may be air, water, brine, or any other fluid or wetted surface of the coiling of the cooling and dehumidifying coil. Next, the resistance of metallic wall of the tube liquid. Next, the resistance of cooling medium refrigerant film which get heat from solid metallic walls. ਠੀਕ ਹੈ, ਇਹਨਾਂ ਨੂੰ ਯਾਦ ਕਰ ਲਿਓ, ਪੜ੍ਹ ਲਿਓ। ਓਕੇ, ਜੇ ਕੋਈ ਪ੍ਰੋਬਲਮ ਹੋਈ ਤਾਂ ਮੈਨੂੰ ਪੁੱਛ ਲੈਣਾ। ਥੈਂਕ ਯੂ।